ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਚਾ ਸੁਨੀਲ 'ਤੇ। ਦੋਸਤੋ, ਅੱਜ ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ 20 ਟੌਪ ਸਿੰਗਰਸ ਦੇ ਸਭ ਤੋਂ ਪਹਿਲੇ ਗਾਣੇ ਬਾਰੇ। ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਨੇ ਕਿਹੜੇ ਗਾਣੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਦੋਸਤੋ, ਵੈਸੇ ਤਾਂ ਸਾਰੇ ਪੰਜਾਬੀ ਸਿੰਗਰਸ ਵਧੀਆ ਹਨ, ਲੇਕਿਨ ਅੱਜ ਇਸ ਵੀਡੀਓ ਵਿੱਚ ਅਸੀਂ ਟੌਪ 20 ਸਿੰਗਰਸ ਦੀ ਲਿਸਟ ਤਿਆਰ ਕੀਤੀ ਹੈ, ਜਿਨ੍ਹਾਂ ਵਿੱਚ ਕੁਝ ਨਾਮ ਸ਼ਾਮਿਲ ਹਨ ਜਿਵੇਂ ਕਿ ਸਿੱਧੂ ਮੂਸੇਵਾਲਾ, ਕਰਨ ਔਜਲਾ, ਬੱਬੂ ਮਾਨ, ਏਪੀ ਢਿੱਲੋਂ, ਕਾਕਾ, ਤਰਸੇਮ ਜੱਸੜ, ਨਿੰਜਾ ਅਤੇ ਹੋਰ ਵੀ ਬਥੇਰੇ। ਸੋ ਦੋਸਤੋ, ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪੰਜਾਬੀ ਸਿੰਗਰ ਕਾਕੇ ਤੋਂ, ਜਿਸ ਨੇ ਸਿਰਫ ਤੇ ਸਿਰਫ ਆਪਣੇ ਟੈਲੈਂਟ ਦੇ ਦਮ ਤੇ ਆਪਣੇ ਦਰਸ਼ਕਾਂ ਦਾ ਦਿਲ ਜਿੱਤਿਆ। ਦੋਸਤੋ, ਕਾਕੇ ਦੀ ਸਭ ਤੋਂ ਪਹਿਲੀ ਅਫੀਸ਼ੀਅਲ ਮਿਊਜ਼ਿਕ ਵੀਡੀਓ ਦਾ ਨਾਮ ਹੈ ਕਹਿ ਲੈਣ ਦੇ, ਜੋ ਕਿ ਅਕਤੂਬਰ 25, 2020 ਨੂੰ ਰਿਲੀਜ਼ ਹੋਈ। ਦੋਸਤੋ, ਇਹ ਗੀਤ ਕਾਕੇ ਨੇ ਖੁਦ ਲਿਖਿਆ ਅਤੇ ਗਾਇਆ। ਤੇਰੇ ਤੇ ਮਰਾਂ ਕਹਿਣ ਤੋਂ ਡਰਾਂ ਕਹਿ ਲੈਣ ਦੇ। ਤੁਹਾਨੂੰ ਦੱਸ ਦਈਏ, ਇਸ ਤੋਂ ਪਹਿਲਾਂ ਕਾਕੇ ਦੇ ਕਾਫੀ ਗਾਣੇ ਲੀਕ ਹੋ ਗਏ ਸੀ ਅਤੇ ਕਾਕੇ ਦੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਗਾਣੇ ਦਾ ਨਾਮ ਹੈ ਸੁਰਮਾ, ਜੋ ਕਿ ਉਸਨੇ ਅੜਬ ਖਰੌੜ ਨਾਲ ਮਿਲ ਕੇ ਰਿਕਾਰਡ ਕਰਵਾਇਆ ਸੀ। ਹਾਲਾਂਕਿ ਇਹ ਗਾਣਾ ਬਾਅਦ ਵਿੱਚ ਨਾਮ ਬਦਲ ਕੇ ਮਾਰਚ 23, 2021 ਨੂੰ ਅਫੀਸ਼ਲੀ ਰਿਲੀਜ਼ ਕਰਵਾ ਦਿੱਤਾ ਗਿਆ ਅਤੇ ਇਸ ਦਾ ਨਵਾਂ ਨਾਮ ਰੱਖਿਆ ਗਿਆ ਆਸ਼ਿਕ ਪੁਰਾਣਾ। ਇੱਕ ਵਾਰ ਤੈਨੂੰ ਨੀਂਦ ਨਹੀਂ ਸੀ ਆ ਰਹੀ, ਮੈਂ ਹਰੀ ਬੱਤੀ ਦੇਖ ਕੇ ਮੈਸੇਜ ਭੇਜਤਾ। ਦੋਸਤੋ, ਅਰਜਨ ਢਿੱਲੋਂ ਦੇ ਸਭ ਤੋਂ ਪਹਿਲੇ ਗਾਣੇ ਦਾ ਨਾਮ ਹੈ ਇਸ਼ਕ ਜਿਹਾ ਹੋ ਗਿਆ, ਜੋ ਕਿ ਅਫਸਰ ਫਿਲਮ ਵਿੱਚ ਆਪਾਂ ਨੂੰ ਸੁਣਨ ਨੂੰ ਮਿਲਿਆ ਸੀ। ਇਹ ਗਾਣਾ ਸਪਟੰਬਰ 2018 ਵਿੱਚ ਅਫੀਸ਼ੀਅਲੀ ਯੂਟਿਊਬ ਤੇ ਅਪਲੋਡ ਕੀਤਾ ਗਿਆ ਅਤੇ ਤੁਹਾਨੂੰ ਦੱਸ ਦਈਏ, ਇਹ ਗਾਣਾ ਅਰਜਨ ਢਿੱਲੋਂ ਦੁਆਰਾ ਹੀ ਲਿਖਿਆ ਗਿਆ ਸੀ। ਇਸ਼ਕ ਜਿਹਾ ਹੋ ਗਿਆ ਲੱਗਦਾ ਏ। ਦੋਸਤੋ, ਪ੍ਰੇਮ ਢਿੱਲੋਂ ਦੇ ਸਭ ਤੋਂ ਪਹਿਲੇ ਗਾਣੇ ਦਾ ਨਾਮ ਹੈ ਚੰਨ ਮਿਲਾਉਂਦੀ, ਜੋ ਕਿ ਗਾਇਆ ਪ੍ਰੇਮ ਢਿੱਲੋਂ ਦੁਆਰਾ ਗਿਆ ਅਤੇ ਇਸ ਨੂੰ ਲਿਖਿਆ ਹੈਰੀ ਮੋਗਾ ਨੇ ਸੀ। ਤੁਹਾਨੂੰ ਦੱਸ ਦਈਏ, ਇਹ ਗਾਣਾ ਅਫੀਸ਼ੀਅਲੀ 26 ਅਕਤੂਬਰ 2017 ਨੂੰ ਰਿਲੀਜ਼ ਕੀਤਾ ਗਿਆ। ਦਿਲਬੀਰ ਢਿੱਲੋਂ ਦੇ ਕੈਰੀਅਰ ਦੇ ਸਭ ਤੋਂ ਪਹਿਲੇ ਗਾਣੇ ਦਾ ਨਾਮ ਹੈ ਗੁੰਡੇ ਨੰਬਰ 1, ਜੋ ਕਿ 25 ਅਕਤੂਬਰ 2014 ਨੂੰ ਰਿਲੀਜ਼ ਕੀਤਾ ਗਿਆ ਅਤੇ ਇਸ ਗਾਣੇ ਵਿੱਚ ਸਾਰਾ ਗੁਰਪਾਲ ਨੂੰ ਐਜ਼ ਅ ਲੀਡ ਮਾਡਲ ਦਿੱਤਾ ਗਿਆ ਸੀ। ਦੋਸਤੋ, ਹਨੀ ਸਿੰਘ ਦੇ ਸਭ ਤੋਂ ਪਹਿਲੇ ਗਾਣੇ ਦਾ ਨਾਮ ਹੈ ਬੇਗਾਨੀ ਨਾਰ, ਜੋ ਕਿ ਉਸਨੇ ਬਾਦਸ਼ਾਹ ਨਾਲ ਮਿਲ ਕੇ ਗਾਇਆ। ਇਹ ਗਾਣਾ 2006 ਵਿੱਚ ਰਿਲੀਜ਼ ਕੀਤਾ ਗਿਆ ਅਤੇ ਇਸ ਦੇ ਲਿਰਿਕਸ ਬਾਦਸ਼ਾਹ ਅਤੇ ਹਨੀ ਸਿੰਘ ਨੇ ਮਿਲ ਕੇ ਲਿਖੇ ਸਨ। ਦੋਸਤੋ, ਦਲਜੀਤ ਦੋਸਾਂਝ ਦਾ ਪਹਿਲਾ ਗਾਣਾ ਨਹੀਂ ਬਲਕਿ ਸਿੱਧੀ ਐਲਬਮ ਆਈ ਸੀ, ਜਿਸਦਾ ਨਾਮ ਸੀ ਇਸ਼ਕ ਦਾ ਊੜਾ ਐੜਾ, ਅਤੇ ਇਸ ਐਲਬਮ ਵਿੱਚ 8 ਗਾਣੇ ਸਨ ਜੋ ਕਿ ਇੱਕੋ ਦਿਨ ਰਿਲੀਜ਼ ਕੀਤੇ ਗਏ। ਉਹਨਾਂ ਗਾਣੇ ਦੇ ਨਾਮ ਕੁਝ ਇਸ ਪ੍ਰਕਾਰ ਹਨ: ਟੁੱਟਜੂ ਤੜੱਕ ਕਰਕੇ, ਇਸ਼ਕ ਦਾ ਊੜਾ ਐੜਾ, ਪਿਆਰ ਦੀਆਂ ਗੱਡੀਆਂ, ਬੋਲੀਆਂ, ਕੁੜੀਆਂ ਵਰਗਾ ਮੁੰਡਾ, ਸੱਜਣ ਪੁਰਾਣੇ ਨਹੀਂ ਲੱਭਣੇ, ਬਾਪੂ ਸਾਡਾ ਨਹੀਂ ਮੰਨਦਾ ਅਤੇ ਆਜਾ ਮੇਰੀ ਜਾਨੇ। ਦੋਸਤੋ, ਮਨਕੀਰਤ ਔਲਖ ਦੇ ਸਭ ਤੋਂ ਪਹਿਲੇ ਗਾਣੇ ਦਾ ਨਾਮ ਸੀ ਦਰਸ਼ਨ ਕਰਕੇ, ਜੋ ਕਿ 22 ਨਵੰਬਰ 2013 ਨੂੰ ਰਿਲੀਜ਼ ਕੀਤਾ ਗਿਆ। ਦਾਰੂ ਚੜ੍ਹਨ ਹਟ ਗਈ ਆ ਤੇਰੇ ਦਰਸ਼ਨ ਕਰਕੇ ਨਾਰੇ। ਐਮੀ ਵਿਰਕ ਦਾ ਵੀ ਦਲਜੀਤ ਦੋਸਾਂਝ ਵਾਂਗੂ ਡੈਬਿਊਟ ਸੌਂਗ ਨਹੀਂ ਬਲਕਿ ਸਿੱਧਾ ਐਲਬਮ ਰਾਹੀਂ ਡੈਬਿਊਟ ਹੋਇਆ ਅਤੇ ਉਸ ਐਲਬਮ ਦਾ ਨਾਮ ਸੀ ਚੰਡੀਗੜ੍ਹ ਦੀਆਂ ਕੁੜੀਆਂ। ਤੁਹਾਨੂੰ ਦੱਸ ਦਈਏ, ਇਸ ਐਲਬਮ ਵਿੱਚ 7 ਗਾਣੇ ਸਨ ਜਿਨ੍ਹਾਂ ਦੇ ਨਾਮ ਕੁਝ ਇਸ ਪ੍ਰਕਾਰ ਹਨ: ਫੇਮਸ ਜੱਟ, ਹੀਰਾ, ਸੁਬਾ, ਦੋ ਦੋ ਨੇ, ਫੀਲਿੰਗ, ਪਿੰਡ ਅਤੇ ਚੰਡੀਗੜ੍ਹ ਦੀਆਂ ਕੁੜੀਆਂ, ਜਿਸ ਵਿੱਚ ਕਿ ਉਸਨੇ ਸਭ ਤੋਂ ਪਹਿਲਾਂ ਚੰਡੀਗੜ੍ਹ ਦੀਆਂ ਕੁੜੀਆਂ ਗਾਣੇ ਦੀ ਅਫੀਸ਼ੀਅਲ ਵੀਡੀਓ ਰਿਲੀਜ਼ ਕਰਕੇ ਉਸਨੂੰ ਆਪਣੇ ਡੈਬਿਊਟ ਸੌਂਗ ਦਾ ਨਾਮ ਦੇ ਦਿੱਤਾ। ਦੋਸਤੋ, ਮਾਨ ਸਾਹਿਬ ਦੇ ਸਭ ਤੋਂ ਪਹਿਲੇ ਗਾਣੇ ਦਾ ਨਾਮ ਹੈ ਚੋਰ, ਜੋ ਕਿ 1997 ਵਿੱਚ ਰਿਲੀਜ਼ ਕੀਤਾ ਗਿਆ ਅਤੇ ਇਸ ਗਾਣੇ ਵਿੱਚ ਬੱਬੂ ਮਾਨ ਨੇ ਖੁਦ ਮਿਊਜ਼ਿਕ ਦਿੱਤਾ ਸੀ ਅਤੇ ਇਹ ਗਾਣਾ ਲਿਖਿਆ ਤੇ ਗਾਇਆ ਵੀ ਉਸਤਾਦ ਬੱਬੂ ਮਾਨ ਨਹੀਂ ਸੀ। ਕਹਿੰਦੇ ਚੱਕ ਲੋ ਡਾਂਗਾ ਭਰ ਕੇ ਅੱਜ ਜ਼ਮਾਈਏ ਜੋ।
ਦੋਸਤੋ ਦਲਜੀਤ ਸਾਂਝ ਅਤੇ ਐਮੀ ਵਿਰਕ ਵਾਂਗੂ ਗੈਰੀ ਸੰਧੂ ਨੇ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਫਰੈਸ਼ ਨਾਮਕ ਐਲਬਮ ਨਾਲ ਕੀਤੀ, ਜਿਸ ਵਿੱਚ ਉਸਨੇ 7 ਗਾਣੇ ਐਡ ਕੀਤੇ, ਜਿਨ੍ਹਾਂ ਦੇ ਨਾਮ ਕੁਝ ਇਸ ਪ੍ਰਕਾਰ ਹਨ: ਸਾਹਾਂ ਤੋਂ ਪਿਆਰਿਆਂ, ਦਿਲ ਦੇ ਦੇ, ਮੈਂ ਨਹੀਂ ਪੀਂਦਾ, ਟੌਰ, ਫਰੈਸ਼ ਅਤੇ ਟੱਲੀ। ਦੋਸਤੋ ਇਹਨਾਂ ਗਾਣਿਆਂ ਵਿੱਚ ਗੈਰੀ ਸੰਧੂ ਨੇ ਸਭ ਤੋਂ ਪਹਿਲਾਂ ਮੈਂ ਨਹੀਂ ਪੀਂਦਾ ਅਤੇ ਸਾਹਾਂ ਤੋਂ ਪਿਆਰਿਆਂ ਗਾਣੇ ਦੀ ਵੀਡੀਓ ਬਣਾਈ, ਜੋ ਕਿ ਇੱਕੋ ਦਿਨ 11 ਨਵੰਬਰ 2011 ਨੂੰ ਰਿਲੀਜ਼ ਕੀਤੀ ਗਈ। ਹਾਲਾਂਕਿ ਬਾਕੀ ਗਾਣਿਆਂ ਦੀ ਵੀਡੀਓਜ਼ ਗੈਰੀ ਸੰਧੂ ਨੇ ਥੋੜ੍ਹਾ ਥੋੜ੍ਹਾ ਟਾਈਮ ਪਾ ਕੇ ਰਿਲੀਜ਼ ਕਰ ਦਿੱਤੀਆਂ। ਤੋਂ ਪਿਆਰਿਆ ਛੱਡ ਕੇ ਨਾ ਜਾਈ। ਦੋਸਤੋ ਏ ਪੀ ਢਿੱਲੋਂ ਦੇ ਸਭ ਤੋਂ ਪਹਿਲੇ ਗਾਣੇ ਦਾ ਨਾਮ ਹੈ ਫੇਕ, ਜੋ ਕਿ ਆਫਿਸ਼ਲੀ 7 ਨਵੰਬਰ 2019 ਰਿਲੀਜ਼ ਕੀਤਾ ਗਿਆ। ਹਾਲਾਂਕਿ ਇਹ ਗਾਣਾ ਲਿਖਿਆ ਸਿੰਧਾ ਕਾਲੋ ਦੁਆਰਾ ਗਿਆ ਸੀ, ਪਰ ਇਸ ਟਰੈਕ ਨਾਲ ਹੀ ਏ ਪੀ ਢਿੱਲੋਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਡੈਬਿਊਟ ਕੀਤਾ। ਦੋਸਤੋ ਮਨਿੰਦਰ ਬੁੱਟਰ ਦਾ ਡੈਬਿਊਟ ਸੌਂਗ ਨਾਰਾਂ ਤੇ ਸਰਕਾਰਾਂ 24 ਨਵੰਬਰ 2012 ਨੂੰ ਰਿਲੀਜ਼ ਹੋਇਆ ਅਤੇ ਇਹ ਦੇਸੀ ਗਰਾਜ ਦੀ ਐਲਬਮ ਵਿੱਚ ਐਡ ਕੀਤਾ ਗਿਆ ਸੀ। ਅੰਮ੍ਰਿਤ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੇਸੀ ਦਾ ਡਰਮ ਗਾਣੇ ਨਾਲ ਪੈਰ ਧਰਿਆ ਅਤੇ ਇਹ ਗਾਣਾ ਉਸਦਾ ਸਭ ਤੋਂ ਪਹਿਲਾਂ ਗਾਇਆ ਹੋਇਆ ਗਾਣਾ ਸੀ। ਤੁਹਾਨੂੰ ਦੱਸ ਦਈਏ ਕਿ ਇਹ ਗਾਣਾ 1 ਅਗਸਤ 2015 ਨੂੰ ਰਿਲੀਜ਼ ਹੋਇਆ ਅਤੇ ਕਾਫ਼ੀ ਸੁਪਰ ਡੁਪਰ ਹਿੱਟ ਰਿਹਾ। ਜੱਸੀ ਗੱਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬੈਚਮੇਟ ਐਲਬਮ ਨਾਲ ਕੀਤੀ ਅਤੇ ਇਸ ਐਲਬਮ ਵਿੱਚ 9 ਗਾਣੇ ਐਡ ਕੀਤੇ ਗਏ, ਜਿਨ੍ਹਾਂ ਦੇ ਨਾਮ ਕੁਝ ਇਸ ਪ੍ਰਕਾਰ ਹਨ: ਚੰਡੀਗੜ੍ਹ ਦੀਆਂ ਕੁੜੀਆਂ, ਚੂੜੀਆਂ, ਕਾਲਜ, ਐਮਰਜੈਂਸੀ, ਹਾਲ ਚਾਲ, ਜਾਣ ਜਾਣ ਕਹਿ ਕੇ, ਪਹਾੜ ਬਣ ਕੇ, ਪੰਜਾਬੀਆਂ ਦੀ ਰੀਸ ਅਤੇ ਸੀਟੀਆਂ। ਅਤੇ ਇਹਨਾਂ ਵਿੱਚ ਜੱਸੀ ਗੱਲ ਨੇ ਸਭ ਤੋਂ ਪਹਿਲਾਂ ਚੂੜੀਆਂ ਗਾਣੇ ਦੀ ਮਿਊਜ਼ਿਕ ਵੀਡੀਓ ਕੀਤੀ, ਜੋ ਕਿ 30 ਦਸੰਬਰ 2011 ਨੂੰ ਟੀ ਸੀਰੀਜ਼ ਚੈਨਲ 'ਤੇ ਅਪਲੋਡ ਹੋਈ। ਦੋਸਤੋ ਸਿੱਧੂ ਮੂਸੇਵਾਲਾ ਆਪਣੇ ਡੈਬਿਊਟ ਸੌਂਗ ਤੋਂ ਪਹਿਲਾਂ ਕਾਫ਼ੀ ਗਾਣੇ ਲਿਖ ਚੁੱਕਿਆ ਸੀ, ਲੇਕਿਨ ਉਸਦੀ ਆਪਣੀ ਆਵਾਜ਼ ਵਿੱਚ ਗਾਇਆ ਹੋਇਆ ਸਭ ਤੋਂ ਪਹਿਲੇ ਗਾਣੇ ਦਾ ਨਾਮ ਹੈ ਜੀ ਵੈਗਨ, ਜੋ ਕਿ ਉਸਨੇ ਦੀਪ ਜੰਡੂ ਨਾਲ ਮਿਲ ਕੇ ਰਿਲੀਜ਼ ਕੀਤਾ। ਹਾਲਾਂਕਿ ਬਾਅਦ ਵਿੱਚ ਇਸਦੀ ਅਫੀਸ਼ੀਅਲ ਵੀਡੀਓ ਕੁਝ ਕਾਰਨਾਂ ਕਰਕੇ ਡਿਲੀਟ ਹੋ ਗਈ, ਲੇਕਿਨ ਅੱਜ ਵੀ ਇਸਦੀ ਅਨਅਫੀਸ਼ੀਅਲ ਵੀਡੀਓ ਯੂਟਿਊਬ 'ਤੇ ਪਈਆਂ ਹਨ, ਤੁਸੀਂ ਚੈੱਕ ਕਰ ਸਕਦੇ ਹੋ। ਦੋਸਤੋ ਕੋਰ ਵਾਲੇ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦਾਦਕੇ ਨਾਨਕੇ ਸੌਂਗ ਨਾਲ ਡੈਬਿਊਟ ਕੀਤਾ ਅਤੇ ਇਸ ਗਾਣੇ ਵਿੱਚ ਗੁਰਲੇਜ ਅਖਤਰ ਦੀ ਫੀਚਰਿੰਗ ਵੀ ਸੀ। ਦੋਸਤੋ ਇਹ ਗਾਣਾ ਅਫੀਸ਼ੀਅਲੀ 28 ਜੁਲਾਈ 2019 ਨੂੰ ਰਿਲੀਜ਼ ਕੀਤਾ ਗਿਆ। ਆਰਨੇਤ ਦੇ ਸਭ ਤੋਂ ਪਹਿਲੇ ਗਾਣੇ ਦਾ ਨਾਮ ਸੀ ਲੈਂਸਰ 2 ਅਤੇ ਇਹ ਲਿਖਿਆ ਵੀ ਖੁਦ ਆਰਨੇਤ ਨਹੀਂ ਸੀ। ਦੋਸਤੋ ਕਰਨ ਔਜਲਾ ਦਾ ਸਭ ਤੋਂ ਪਹਿਲਾ ਗਾਣਾ ਆਇਆ ਸੀ 23 ਨਵੰਬਰ 2014 ਨੂੰ ਅਤੇ ਇਸਦਾ ਨਾਮ ਸੀ ਸੈੱਲਫੋਨ। ਕਰਨ ਔਜਲਾ ਨੇ ਮੈਕ ਬੈਨੀਪਾਲ ਨਾਲ ਮਿਲ ਕੇ ਇਹ ਗਾਣਾ ਗਾਇਆ ਅਤੇ ਇਹ ਗਾਣਾ ਲਿਖਿਆ ਗਿਆ ਸੀ ਦੀਪੂ ਕਾਕੋ ਵਾਲੀਆ ਦੁਆਰਾ। ਸੇਮ ਜੱਸੜ ਦਾ ਸਭ ਤੋਂ ਪਹਿਲੇ ਗਾਣੇ ਦਾ ਨਾਮ ਸੀ ਅੱਤਵਾਦੀ ਅਤੇ ਇਸ ਦੀ ਰਿਲੀਜ਼ ਡੇਟ ਹੈ ਜੁਲਾਈ 5, 2014। ਇਸ ਨੂੰ ਲਿਖਿਆ ਅਤੇ ਗਾਇਆ ਤਰਸੇਮ ਜੱਸੜ ਵੱਲੋਂ ਹੀ ਗਿਆ। ਦੋਸਤੋ ਨਿੰਜਾ ਦੇ ਡੈਬਿਊ ਟਰੈਕ ਦਾ ਨਾਮ ਸੀ ਅੰਡ ਮੰਡ ਕਾ ਟੋਲਾ ਅਤੇ ਇਹ ਗਾਣਾ ਰਿਲੀਜ਼ ਹੋਇਆ 24 ਜਨਵਰੀ 2014 ਨੂੰ। ਤੁਹਾਨੂੰ ਦੱਸ ਦਈਏ ਇਸ ਦੇ ਲਿਰਿਕਸ ਕੋਬਰ ਵਿਰਕ ਦੁਆਰਾ ਲਿਖੇ ਗਏ ਹਨ। ਦੋਸਤੋ
ਦੋਸਤੋ ਜੇਕਰ ਤੁਸੀਂ ਇਹਨਾਂ ਪੰਜਾਬੀ ਸਿੰਗਰ ਦੇ ਲਾਈਵ ਸ਼ੋ, ਮੇਰੀ ਯੂਟਿਊਬ ਇਨਕਮ ਅਤੇ ਵਲੋਗਸ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਦੂਜੇ ਚੈਨਲ ਚਾਚਾ ਸਿੰਘ ਦੀ ਵਲੋਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ, ਅਤੇ ਸਾਡੇ ਮੇਨ ਚੈਨਲ ਚਾਚਾ ਸਿੰਘ ਨੂੰ ਸਬਸਕ੍ਰਾਈਬ ਕਰਕੇ 1 ਲੱਖ ਸਬਸਕ੍ਰਾਈਬਰ ਪੂਰੇ ਕਰ ਦਿਓ ਤਾਂ ਜੋ ਅਸੀਂ ਆਪਣੇ ਦੂਜੇ ਚੈਨਲ 'ਤੇ ਪਹਿਲੀ ਵੀਡੀਓ ਅਪਲੋਡ ਕਰ ਸਕੀਏ। ਧੰਨਵਾਦ।